ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਪ੍ਰੋਗਰਾਮ ਮਨ ਕੀ ਬਾਤ ਵਿੱਚ ਮੈਂ ਇਸ ਵੇਲੇ ਇਸ ਸਬਜੈਕਟ 'ਤੇ ਬੋਲ ਰਿਹਾ ਕਿ ਹਿੰਦੁਸਤਾਨ ਵਿੱਚ ਜਿਹੜੇ ਹਿੰਦੂ ਮੁਸਲਿਮ ਦੰਗੇ ਹੋ ਰਹੇ ਹਨ, ਇਸ ਦੀ ਜੜ ਕੀ ਹੈ ਅਤੇ ਇਸਦਾ ਸਮਾਧਾਨ ਕੀ ਹੈ। ਹਿੰਦੁਸਤਾਨ ਵਿੱਚ ਹੋ ਰਹੇ ਹਿੰਦੂ ਮੁਸਲਿਮ ਦੰਗਿਆਂ ਦੀ ਜੜ ਹੈ ਮੋਦੀ, ਇਸ ਦੰਗਿਆਂ ਦੀ ਜੜ ਹੈ ਭਾਜਪਾ, ਇਹਨਾਂ ਦੰਗਿਆਂ ਦੀ ਜੜ ਹੈ ਅੰਬਾਨੀ, ਇਹਨਾਂ ਦੰਗਿਆਂ ਦੀ ਜੜ ਹੈ ਖੱਟਰ, ਇਹਨਾਂ ਦੰਗਿਆਂ ਦੀ ਜੜ ਹੈ ਯੋਗੀ ਜਾਂ ਇਹੋ ਜਿਹੇ ਹੋਰ ਬਹੁਤ ਸਾਰੇ ਫਿਰਕਾ ਪ੍ਰਸਤ। ਇਸ ਕਰਕੇ ਮੈਨੂੰ ਯਾਦ ਆ ਰਹੇ ਨੇ ਬਾਬਰ ਬਾਣੀ ਦੇ ਚਾਰ ਸ਼ਬਦ ਗੁਰੂ ਨਾਨਕ ਦੇਵ ਜੀ ਦੇ, ਜਦੋਂ ਬਾਬਰ ਹਿੰਦੁਸਤਾਨ 'ਤੇ ਹਮਲਾ ਕਰਨ ਆਇਆ ਸੀ ਤਾਂ ਅੱਗੋਂ ਬਜਾਏ ਕਿ ਰਾਜੇ ਮਹਾਰਾਜੇ ਮੁਕਾਬਲਾ ਕਰਦੇ, ਉਹ ਪਏ ਹੋਏ ਸਨ ਨਾਚ ਗਾਣੇ ਦੇ ਐਸ਼ੋ ਸ਼ਬਾਬ ਵਿੱਚ, ਯਾਨੀ ਸ਼ਰਾਬ ਅਤੇ ਸ਼ਬਾਬ ਵਿੱਚ। ਅਤੇ ਉਹਨਾਂ ਸੋਚਿਆ ਯਾਰ ਤਾਂ ਕੰਮ ਖਰਾਬ ਹੋ ਗਿਆ, ਅਸੀਂ ਐਡੀ ਸੋਹਣੀ ਐਸ਼ ਕਰਦੇ ਪਏ ਸਾਂ, ਕੰਜਰੀਆਂ ਨਾਲ ਗੰਦ ਘੋਲਦੇ ਪਏ ਸਾਂ, ਇਹ ਤਾਂ ਹਮਲਾ ਹੋ ਗਿਆ, ਤਿਆਰੀ ਸਾਡੀ ਹੈ ਨਹੀਂ, ਉਹਨਾਂ ਦਾ ਕੰਮ ਹੀ ਕੁੱਤਾ ਹੋਵੇ, ਸ਼ਰਾਬੀ ਹੋਵੇ 'ਚ ਸਾਹ ਸਾਹ ਤਾਂ ਹੁੰਦਾ ਨਹੀਂ। ਉਹਨਾਂ ਨੇ ਕੀਤਾ ਜੀ ਪੰਡਿਤਾਂ ਨੂੰ ਅੱਗੇ ਲਾ ਤਾ, ਤੁਸੀਂ ਨਾ ਕੋਈ ਮੰਤਰ ਪੜ੍ਹੋ ਅਤੇ ਗਊ ਮਾਤਾ ਨੂੰ ਅੱਗੇ ਲਾ ਦਿਓ, ਅਤੇ ਗਊ ਮਾਤਾ 'ਚ ਬੜੀ ਸ਼ਕਤੀ ਹੈ, ਅਤੇ ਮੁਸਲਮਾਨ ਗਊ ਮਾਤਾ ਦਾ ਮਾਰ ਨਹੀਂ ਸਕਣਗੇ ਅਤੇ ਮੰਤਰਾਂ ਅੱਗੇ ਟਿਕ ਨਹੀਂ ਸਕਣਗੇ। ਪਰ ਕੋਮਨ ਸੈਂਸ 'ਚ ਕਹਿੰਦੀ ਹੈ ਗਊ ਮਾਤਾ ਸਾਡੇ ਲਈ ਪੂਜਣ ਯੋਗ ਹੋ ਸਕਦੀ ਹੈ, ਪਰ ਗਊ ਮਾਤਾ 'ਚ ਇੰਨੀ ਸ਼ਕਤੀ ਨਹੀਂ ਕਿ ਉਹ ਖਲੋ ਜਾਏ ਸਾਹਮਣੇ ਅਤੇ ਸਾਹਮਣੇ ਹਮਲਾ ਹੀ ਨਾ ਹੋਵੇ। ਕੋਮਨ ਸੈਂਸ 'ਚ ਕਹਿੰਦੀ ਗਊ ਮਾਤਾ ਨੂੰ ਪੂਜੋ, ਉਹਦਾ ਸਤਿਕਾਰ ਕਰੋ, ਪਰ ਨਾਲ ਦੀ ਨਾਲ ਜੰਗ ਦੀ ਤਿਆਰੀ ਵੀ ਕਰੋ। ਗੁਰੂ ਗੋਬਿੰਦ ਸਿੰਘ ਨੇ ਸਾਨੂੰ ਬੁਜ਼ਦਲ ਨਹੀਂ ਸਨ ਸਿਪਾਹੀ ਬਣਾਇਆ, ਗੁਰੂ ਹਰਗੋਬਿੰਦ ਸਾਹਿਬ ਨੇ ਮੇਰੀ ਵੀ ਦੋ ਤਲਵਾਰਾਂ ਸੁੱਤੀਆਂ ਸਨ। ਸੋ ਜਿਹੜੀ ਹਿੰਦੂ ਕੌਮ ਬੁਜ਼ਦਲ ਹੋ ਚੁੱਕੀ ਸੀ, ਉਸਨੂੰ ਬਹਾਦਰ ਕਿਹਨੇ ਬਣਾਇਆ? ਧੰਨ ਗੁਰੂ ਤੇਗ ਬਹਾਦਰ ਜੀ ਨੇ, ਧੰਨ ਗੁਰੂ ਅਰਜਨ ਦੇਵ ਜੀ ਨੇ, ਗੁਰੂ ਗੋਬਿੰਦ ਸਿੰਘ ਜੀ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਅਸੀਂ ਉਹਨਾਂ ਦੇ ਪਰਉਪਕਾਰ ਭੁੱਲ ਕੇ ਉਲਟਾ ਸਿੱਖਾਂ ਦੇ ਵੈਰੀ ਪੈ ਗਏ, ਅਸੀਂ ਪਰਉਪਕਾਰ ਉਲਟਾ ਨੇਕ ਦਿਲ ਮੁਸਲਮਾਨਾਂ ਦੇ ਵੈਰ ਪੈ ਗਏ, ਅਸੀਂ ਗੁਰੂ ਪੀਰ ਪੈਗੰਬਰਾਂ ਦੇ ਪਰਉਪਕਾਰ ਭੁੱਲ ਕੇ ਅਤੇ ਜਿਹੜੇ ਘੱਟ ਗਿਣਤੀ ਕ੍ਰਿਸਚਨ ਉਹਨਾਂ ਦੇ ਮਗਰੀ ਪੈ ਗਏ। ਜੇ ਮੁਗਲਾਂ ਨੇ ਪਤਾ ਛਾਪਿਆ ਸੀ ਅਤੇ ਸਾਰੇ ਮੁਸਲਮਾਨ ਬਣਾ ਦੇਣੇ ਅਤੇ ਮੁਗਲ ਜਾਣ ਦੀਆਂ ਜੜ੍ਹਾਂ ਪੱਟੀਆਂ ਗਈਆਂ, ਅਤੇ ਜਿਹੜਾ ਹੁਣ ਹੈ ਕੰਜਰ ਮੋਦੀ ਕਹਿੰਦਾ ਹਿੰਦੀ ਹਿੰਦੁਸਤਾਨ ਅਤੇ RSS ਵਾਲੇ, ਤੁਹਾਡਾ ਖਿਆਲ ਨਾਲ ਬਚ ਜਾਣਾ, ਇਹਨਾਂ ਕੁੱਤੇ ਦੀ ਮੌਤ ਮਰਨਾ, ਇਹਨਾਂ ਨੂੰ ਕੋਈ ਨਾ ਮਾਰੀਓ, ਕਿਉਂਕਿ ਦੰਗੇ ਕਰਵਾ ਦੇਣੇ ਇਹਨਾਂ ਨੇ, ਇਹਨੂੰ ਰੱਬ ਮਾਰੇਗਾ, ਕਿਉਂਕਿ ਗੁਰਬਾਣੀ 'ਚ ਲਿਖਿਆ ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਉਦਾਸ। ਸੋ ਮੈਂ ਚਾਰ ਬਾਣੀਆਂ ਬਾਬਰ ਬਾਣੀ ਦੇ ਸ਼ਬਦਾਂ ਮੁਲਾਜ਼ਮਾਂ, ਉੱਥੇ ਇੱਕ ਸ਼ਬਦ ਆਉਂਦਾ ਬਈ ਗੁਰੂ ਗੋ ਆਪਣਾ ਗੁਰੂ ਸਾਹਿਬ ਕਹਿੰਦੇ ਨੇ ਇੱਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦ ਨਾ ਆਇਆ। ਕਈ ਦਵਾਈ ਦਾ ਅਰਥ ਇਹ ਕਰਦੇ ਨੇ ਗੁਰੂ ਸਾਹਿਬ ਨੇ ਰੱਬ ਨੂੰ ਲਾਂਭਾ ਦਿੱਤਾ, ਫਿਰ ਦੋਸਤਾਂ ਨੇ ਇਹਨੀ ਮਾਰ ਪੈ ਗਈ ਹੈ ਤੁਹਾਨੂੰ ਦਰਦ ਕਿਉਂ ਨਹੀਂ ਆਇਆ, ਇਹਦੇ ਨਾਲ ਗੁਰੂ ਸਾਹਿਬ ਪ੍ਰੋਤਮ ਚੈਲੰਜ ਕਰ ਰਹੇ ਨਾ, ਉਹ ਤਾਂ ਕਹਿੰਦੇ ਜੋਤ ਭਾਵ ਹੈ ਸਹੀ ਬਲੀਕਾਰ। ਗੁਰੂ ਸਾਹਿਬ ਨੇ ਇਹਦੇ ਅਰਥ ਜੋ ਕਿ ਆਪਣਾ ਕਿਹਾ ਨਾ ਇਹਦੀਆਂ ਅਰਥ ਕੋਈ ਹੋਰ ਨੇ, ਇਹਤੀ ਮਾਰ ਪਈ ਕਰਨਾ ਨੇ ਪ੍ਰੈਜੈਂਟ ਟੈਂਸ, ਹੇ ਸੱਚੇ ਪਾਤਸ਼ਾਹ ਇੰਨੀ ਮਾਰ ਪੈ ਗਈ ਵਾਹਿਗੁਰੂ ਤੁਹਾਨੂੰ ਦਰਦ ਨਹੀਂ ਆਇਆ, ਅਤੇ ਇਹਦੀ ਸੈਂਸ ਇਹ ਨਿਕਲੀ ਦਰਦ ਆਉਣਾ ਵੀ ਚਾਹੀਦਾ। ਕਿਉਂ? ਅਗਰ ਜੇ ਗੁਰੂ ਸਾਹਿਬ ਨੇ ਸਪਸ਼ਟ ਕੀਤਾ ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਜੇ ਸ਼ੇਰ ਸ਼ੇਰ ਨੂੰ ਮਾਰੇ ਮੰਝ ਕੋ ਰੋਸ ਨਹੀਂ ਹੁੰਦਾ ਬਰਾਬਰ ਦੀ ਟੱਕਰ, ਪਰ ਸਖਤਾ ਸ਼ੀਂਹ ਮਾਰੇ ਪਏ ਅੱਗੇ ਖਸਮੇ ਸਾਬਰਸ ਹੋਈ, ਪਰ ਜੇ ਸ਼ੇਰ ਭੇਡਾਂ ਦੇ ਵਗਦੇ ਪੈ ਜਾਵੇ ਤਾਂ ਖਸਮ ਨੂੰ ਪੁੱਛ ਹੋਏਗੀ ਭਾਈ ਤੂੰ ਭੇਡਾਂ ਬਚਾ ਕਿਉਂ ਨਹੀਂ ਕੀਤਾ। ਸੋ ਭੇਡਾਂ ਬੱਕਰੀਆਂ ਕੌਣ ਨੇ? ਇਹ ਜਿਹੜੇ ਆਪਣਾ ਹੈਗੇ ਨੇ ਮੈਜੋਰਟੀ ਹਿੰਦੁਸਤਾਨੀ, ਅਤੇ ਟੁੱਟ ਕੇ ਕੌਣ ਪੈ ਗਏ? ਮੁਗਲ। ਹੁਣ ਕਸੂਰ ਮੁਗਲਾਂ ਥੋੜ੍ਹੀ ਹੈ, ਉਹ ਤਾਂ ਹੈ ਹੀ ਪਾਗਲ ਹੋਏ ਸਨ ਸਾਰੇ, ਨਹੀਂ ਜਿਹੜੇ ਥੋੜ੍ਹੇ ਜਿਹੇ, ਅਤੇ ਇਹਨਾਂ ਕੰਜਰਾਂ ਨੇ ਤਿਆਰੀ ਕੌਣ ਨਹੀਂ ਕੀਤੀ? ਅਤੇ ਗੁੱਟ ਖਾਓ ਨਾ ਫਿਰ, ਜੋ ਕਰਨਗੇ ਸੋ ਭਰਨਗੇ ਤੋ ਕਿਉਂ ਉਦਾਸ। ਅਤੇ ਗੁਰੂ ਸਾਹਿਬ ਕਹਿੰਦੇ ਜਮ ਕਰ ਮੁਗਲ ਚੜਾਇਆ, ਯਾਨੀ ਮੁਗਲ ਨਹੀਂ ਆਏ ਉਹ ਜਮਦੂਤ ਬਣ ਕੇ ਆਏ। ਹੁਣ ਅਸੀਂ ਕਹਿੰਦੇ ਮੁਗਲ ਮਾੜੇ ਮੁਗਲ ਮਾੜੇ, ਮੁਗਲ ਚਾਹੁੰਦੇ ਕਿ ਮਾੜੇ ਹੋਣਗੇ, ਸਾਰੇ ਮੁਸਲਮਾਨ ਥੋੜ੍ਹੇ ਮਾੜੀ ਹੈ, ਸਾਮੀਆਂ ਮੇਰੇ ਮਾੜਾ ਸੀ, ਇਹਨੂੰ ਦਹਨੀ ਪੱਥਰ ਰੱਖੀ ਸੀ, ਗਨੀ ਖਾਨਾ ਵਿਖਾ ਮਾੜੇ ਸਨ ਜਿਹਨਾਂ ਗੁਰੂ ਗੋਬਿੰਦ ਸਿੰਘ ਨੇ ਸਪੋਰਟ ਕੀਤੀ ਹੈ, ਅਤੇ ਉਹ ਤੁਹਾਡੇ ਪੀਰ ਬੁੱਧੂ ਸ਼ਾਹ ਜਿਹਨੇ ਚਾਰ ਬੱਚੇ ਕੁਰਬਾਨ ਕਰਤੇ ਨੇ, ਅਤੇ ਇੱਧਰੋਂ ਆਈ ਜਮਾਂ ਹਿੰਦੂ ਮਤ ਵੱਲ, ਦੀਵਾਨ ਟੁੱਟਣ ਵਾਲਾ ਹਿੰਦੂ ਸੀ ਨਾ, ਅਤੇ ਸਾਡੇ ਸੰਸਕਾਰ ਕੀਤਾ ਸੋਨੇ ਮੂੰਹ ਰੱਖਣੇ ਕਰਕੇ, ਅਤੇ ਇੱਧਰ ਗੰਗੂ ਵੀ ਹਿੰਦੂ ਸੀ, ਉਹਨੇ ਸਾਡੇ ਗ੍ਰਿਫਤਾਰ ਕਰਾਏ ਨੇ। ਉਹ ਭਾਈ ਚਾਹੁੰਦੇ ਕਿ ਬੰਦੇ ਭੈੜੇ ਦੇ, ਸਾਰੇ ਭੈੜੇ ਨਹੀਂ ਹੁੰਦੇ, ਐਵੇਂ ਨਾ ਮੋਦੀ ਮਗਰ ਰੱਖ ਕੇ ਨਾ ਦਿਮਾਗ ਖਰਾਬ ਨਾ ਕਰਿਆ ਕਰੋ, ਉਹ ਤਾਂ ਮੈਂਟਲ ਹੈਗਾ ਹੀ ਹੈ, ਅਤੇ ਅਸੀਂ ਆਪਣਾ ਮੈਂਟਲ ਕਿਉਂ ਕਰੀਏ? ਹਾਂ, ਜਿਹਨਾਂ ਨੂੰ ਚੜਾਵਾ ਚੜਦਾ, ਨੋਟ ਛਪਦੇ ਨੇ, ਵੋਟ ਛਪਦੀ ਹੈ, ਅਯਾਸ਼ੀ ਮਿਲਦੀ ਹੈ, ਉਹ ਬੇਸ਼ੱਕ ਕਰੋ ਸਪੋਰਟ, ਅਸੀਂ ਉਹ ਹੱਕ ਤਾਂ ਮੋੜਦਾ, ਜੇ ਤੁਸੀਂ ਵਫ਼ਾਦਾਰ ਉਹਦੇ ਵਫ਼ਾਦਾਰ ਕੁੱਤੇ ਹੈਗੇ ਹੀ ਹੋ, ਖਾਓ ਜਾਂ ਬਣਾਓ ਵਫ਼ਾਦਾਰੀ ਕਰੋ, ਪਰ ਮਰੋਗੇ ਕੁੱਤੇ ਦੀ ਮੌਤ ਹੀ। ਹੁਣ ਤੁਸੀਂ ਦੇਖ ਲਓ ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚ ਦੰਗੇ ਸ਼ੁਰੂ ਹੋ ਗਏ, ਔਰ ਮੈਂ ਕਹਿੰਦਾ ਇਹ ਦੰਗੇ ਜਿਹੜੇ ਇਹਨਾਂ ਦੇ ਲਈ ਜਿਵਰ ਮੋਦੀ ਹੈ, ਇਹ ਦੇਸ਼ ਧਰੋਹੀ ਹੈ, ਇਹਦੇ ਲਈ ਭਾਜਪਾ ਜੀ ਨੂੰ ਚੁੱਕ ਕੇ ਨਾ ਦੇਸ਼ ਧਰੋਹੀ ਮੁਕਦਮਾ ਚਲੋ, ਚੁੱਕ ਕੇ ਬਾਹਰ ਮਾਰੋ, ਇਹਨਾਂ ਨੂੰ ਕਾਲੇ ਪਾਣੀ ਸਜਾ ਦਿਓ, ਅਤੇ ਇਹਨਾਂ ਨੂੰ ਨੰਗੇ ਕਰਕੇ ਨਾ ਕੱਛੇ ਪਵਾ ਕੇ ਅਤੇ ਛਾਂਟੇ ਮਾਰੋ,
ਜਿਨ੍ਹਾਂ ਨੇ ਦੇਸ਼ ਵਿੱਚ ਲਾਸ਼ਾਂ ਵਿਛਾਈਆਂ ਨੇ। ਪਾਕਿਸਤਾਨ ਦੋਹਾਂ ਦੇ ਕੋਲ ਰਾਜ ਹੈ ਹੀ ਨਹੀਂ, ਜਾਣ ਕੇ ਕਸ਼ਮੀਰ ਦਾ ਬੰਦਾ ਆਪ ਬਿਠਾਇਆ ਉੱਥੇ। ਮੈਂ ਵੇਖਾਂ ਕਸ਼ਮੀਰ 'ਚ ਹਫ਼ਤਾ ਰਹਿ ਕੇ ਉੱਥੇ ਨੇਕ ਦਿਲ ਮੁਸਲਮਾਨ ਰਹਿੰਦੇ ਨੇ, ਜਿਹੜੇ ਨਿਵਾਜ਼ੀ ਪੱਕੇ ਨੇ, ਰੋਜ਼ੇ ਵੀ ਰੱਖਦੇ ਨੇ ਅਤੇ ਜ਼ਬਾਨ ਦੇ ਮਿੱਠੇ ਨੇ, ਔਨੈਸਟ ਨੇ, ਅਯਾਸ਼ੀ ਵੀ ਹੈ ਨਹੀਂ ਸਰ, ਆਰਥਿਕ ਤੌਰ 'ਤੇ ਖੁਸ਼ਹਾਲ ਨਹੀਂ, ਤਾਂ ਉਹਨਾਂ ਸਪੈਸ਼ਲ ਰਾਈਟਸ ਮਿਲੇ ਨੇ ਔਰ ਇੰਦਰਾ ਗਾਂਧੀ ਨੇ ਦਿੱਤੇ ਵੀ ਨੇ। ਅਤੇ ਇਹ ਕੰਜਰ ਕਹਿੰਦਾ ਨਹੀਂ ਜੀ ਮੈਂ ਰਾਈਟਸ ਵਾਪਸ ਲੈਣਾ ਵਾਂ ਕਿਉਂਕਿ ਮੈਨੂੰ ਵੋਟ ਚਾਹੀਦੀ ਹੁੰਦੀ ਦੀ। ਉਹ ਕੰਜਰਾਂ ਤੋਂ ਵੋਟ ਤਾਂ ਲੈ ਲੇਗਾ ਪਰ ਲਾਸ਼ਾਂ ਉੱਤੇ ਬੈਠਿਆ ਕੁੱਤਿਆ, ਇਸ ਕਰਕੇ ਨਾ ਤੂੰ ਲੋਕ ਵਿਰੋਧੀ ਬਖਸ਼ਿਆ ਨਹੀਂ ਜਾਏਗਾ। ਹੁਣ ਤੂੰ ਵੇਖ ਲੈ